ਦਾ ਸ਼ਬਦ ਪੜ੍ਹ ਰਹੇ ਸਾਂ। ਬੰਗੇ ਪਾਤ ਪਾਤ ਸਿਰ ਡੇਰੀ ਕੀਰਤਨ ਭਈ ਕੋ ਪਸੂ ਕੀਤੇ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਧਿਆਨ ਪਾਉਂਦੇ ਆ ਨਾ ਇਹ ਵੀ ਇੱਕ ਦਿਨ ਮਿੱਟੀ ਦੀ ਡੇਰੀ ਬਣ ਜਾਣਾ। ਫਿਰ ਭਗਤ ਕਬੀਰ ਸਾਹਿਬ ਨੇ ਕੀ ਆਖਿਆ, ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਿਹੋ ਤਨ ਚਾਹੇਗਾ ਸਭ ਤਾਂ ਕਹਿੰਦੇ ਸਰੀਰ ਇੱਕ ਦਿਨ ਨਾਸ ਹੋ ਜਾਏਗਾ ਜੇ ਤੇਰਾ ਜੋਰ ਚੱਲਦਾ ਜਿਹਨੂੰ ਅੱਗੇ ਕਹਿੰਦੇ ਜੀ ਨਾਗੋ ਪਾਓ ਦੇ ਗਏ ਜਿਨ ਕੇ ਦਾਤ ਕਰੋ। ਬੜੇ ਕਮਾਲ ਦੀ ਗੱਲ ਭਗਤ ਕਬੀਰ ਸਾਹਿਬ ਦੀ ਆਈ। ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਜੀ ਜਿਨ੍ਹਾਂ ਦੇ ਲੱਖ ਕਰੋੜ ਲੱਖਾਂ ਲੱਖ ਨੇ ਜਿਨ ਕੇ ਲੱਖ ਕਰੋੜ ਜਿਨ੍ਹਾਂ ਦੇ ਲੱਖਾਂ ਕਰੋੜ ਨੇ। ਕਹਿੰਦੇ ਇੱਕ ਕਮਾਲ ਦੀ ਗੱਲ ਇਹ ਆ ਸਾਰੇ ਨੰਗੇ ਪੈਰੀ ਮੇਰੇ ਕੋਲੋਂ ਸਤਨਾ ਮੰਗੋ ਪਾਓ ਪਾਓ ਦਾ ਅਰਥ ਪਿਆਰ। ਆਪਾਂ ਅਸੀਂ ਦੇਖਿਆ ਹੋਵੇਗਾ ਵਸਤਰ ਪਾ ਦਿੰਦੇ ਆਪਾਂ ਜਦੋਂ ਮੁਰਦੇ ਨੇ ਕਦੇ ਉਹਦੇ ਵਿੱਚ ਜੁੱਤੀ ਪਾਈ ਹੋਵੇ ਕਹਿੰਦੀ ਇਹ ਬੜਾ ਪੀਰ ਸੀ ਇਹਦੇ ਸੋਹਣੀ ਜੁੱਤੀ ਪਾ ਦਿੱਤਾ ਹੋਇਆ ਨਾਂਗੋ ਪਾਓ ਦੇ ਕੇ ਜਿਣ ਕੇ ਲਾ ਦਿਓ। ਇਹਨਾਂ ਭਗਤ ਜੀ ਸੋਚੋ ਕਰਦੇ ਨੇ ਕਰ
ਵਾਹਿਗੁਰੂ ਸਾਹਿਬ ਦੀ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਧਿਆਏ ਪ੍ਰਮੁਖ ਗੁਰਤੀ ਅਮਰਦਾਸ ਰਾਮਦਾਸ ਸਾਹਿਬ ਜੀ ਸਹਾਈ ਅਰਜਨ ਗੁਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਰਚਿਆ ਸਭ ਗੁਰਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਰੇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪਾਰ ਦਰਸ਼ਨ ਦੇ ਦਾਰੇ ਕੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬਸ ਬੇਨਤੀ ਹੈ ਸਤਿਗੁਰੂ ਆਪ ਜੀ ਦਾ ਪ੍ਰਮਾਣ ਹੈ ਦੇਹਾ ਚੇਰੇ ਵਿਖਿਆ ਤੇਹਾ ਹੁਕਮ ਕਮਾਏ ਧੰਦੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾ ਅਨੁਸਾਰ ਸਤਿਗੁਰੂ ਆਪ ਜੀਆਂ ਦੇ ਦਰ ਪਰ ਦੇ ਪ੍ਰੀਤਵਾ ਦਰ ਪਰ ਦੇ ਸ਼ਰਧਾਲੂ ਦਰ ਪਰ ਦੇ ਭੋਲੇ ਸਰਦਾਰ ਕਿਸ਼ਨ ਸਿੰਘ ਸਤਿਗੁਰੂ ਸਮਾਤ ਲੋਕ ਦੀ ਯਾਤਰਾ ਕਰਦਿਆਂ ਹੋਇਆ ਕੁਝ ਰੋਜ਼ ਪਹਿਲਾਂ ਪ੍ਰਲੋਕ ਗਮਨ ਕਰ ਗਏ ਗੁਰਮਤਿ ਪਰਿਵਾਰ ਨੇ ਤਿੰਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਜੀ ਦਾ ਓਟ ਆਸਰਾ ਥੱਕਦਿਆਂ ਹੋਇਆ ਆਪਣੇ ਗ੍ਰਹਿ ਵਿਖੇ ਸਤਿਗੁਰ ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਂਵਾਕਾਂ ਅਨੁਸਾਰ ਅਨੰਦਪੁਰ ਸਾਹਿਬ ਰੱਬ ਦਰਵਾਏ ਸਨ ਬਾਣੀ ਆਪ ਤੋਂ ਮਧ ਮਧ ਤੋਂ ਸੰਪੂਰਨ ਅੰਮ੍ਰਿਤ ਵੇਲੇ ਭਰੋਗ ਪਾਏ ਗਏ ਅਕਰਮ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਨ ਜੀਓ ਕੇਸੋ ਗੋਪਾਲ ਗੁੰਬਦ ਸਦੇ ਹੋ ਹਰ ਹਰ ਕਥਾ ਪੜੇ ਪ੍ਰਾਣ ਜਹਾਜ ਹੈ ਸਰਦਾ ਕਰ ਸੇਵੰਦੇ ਜੋ ਸਰਦਾ ਕਰ ਸੇਵੰਦੇ ਸ਼ਾਮਿਲ ਹੋ ਕੇ ਸਰਦਾਰ ਜੰਡੈਲ ਸਿੰਘ ਸਰਦਾਰ ਦਲਜੀਤ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਪਾਂ ਹਾਜ਼ਰ ਹੋਏ ਹਾਂ ਸੱਜਣ ਦੇ ਰੰਗਲੇ ਜੈ ਸੁਤੇ ਜੀਵਨ ਪੰਜੀ ਖੁੰਜੀ ਪੰਜੇ ਜੋਗੜੇ ਰੋਮਾ ਚੇਰੀ ਮਾਨ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਸਭਨਾ ਮਰਨ ਆਇਆ ਵਿਛੋੜਾ ਸਭ ਆਪਾਂ ਸਾਰੇ ਇਸ ਵਾਰ ਬਿਜੂ ਸਿੰਘ ਦੀ ਅੰਤਮ ਅਰਦਾਸ ਉਹਨਾਂ ਨੂੰ ਸ਼ਰਧਾ ਦੇ ਫੁੱਲ ਤਰੀਕਾ ਨੂੰ ਇਕੱਤਰ ਹੋਏ ਹਾਂ ਜੋ ਆਇਆ ਸੋਚਿਆ ਸੀ ਸਭ ਕੋਈ ਵਾਧਿਆ ਜੋ ਵਿਅਕਤੀ ਦੁਨੀਆਂ 'ਤੇ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ ਪੁਰਦਾ ਦਾ ਰਸੂਲਾ ਮੰਨ ਰਾਏ ਮੰਡਲ ਮੇ ਆਏ ਬਜ਼ੁਰਗ ਸਰਦਾਰ ਕਿਸ਼ਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ ਦੁੱਖ ਸਾਂਝਾ ਕਰਨ ਲਈ ਦੂਰੋਂ ਨੇੜਿਓਂ ਰਿਸ਼ਤੇਦਾਰ ਦੋਸਤ ਮਿੱਤਰ ਦੀਆਂ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਮਨ ਦਾ ਫਤਿਹ ਚੱਲਿਆ ਜਾਂਦਾ ਹਮੇਸ਼ਾ ਜੋ ਚੰਗੇ ਕੰਮ ਕਰਕੇ ਜਾਂਦੇ ਨੇ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰ ਜੋ ਕਹਿੰਦੇ ਜੀ ਨਾਮੋ ਦੇ ਪਏ ਜਿਹਨੇ
ਵਸਤਰ ਪਾ ਦਿੰਦੇ ਆਪਾਂ ਜਦੋਂ ਮੁਰਦੇ ਦੇ ਕਦੇ ਉਹਦੇ ਵਿੱਚ ਜੁੱਤੀ ਪਾਈ ਹੋਵੇ ਕਹਿੰਦੀ ਇਹ ਬਾਪ ਵੀ ਅਸੀਂ ਇਹਦੇ ਸੋਹਣੀ ਹੁੰਦੀ ਬਾਪ ਜਿੱਦਾਂ ਹੋਇਆ ਨਾਮੋ ਬਾਪ ਉੱਤੇ ਕੇ ਜਿਣ ਕੇ ਲਾਭ ਇਹਨਾਂ ਭਗਤ ਜੀ ਸੋਚੋ ਕਰਦੇ ਨੇ ਇਸ ਸੰਸਾਰ ਦੇ ਜਿਹੜਾ ਵੀ ਹੈ ਉਹ ਸਮਾਲਕ ਵਾਹਿਗੁਰੂ ਕਹਿੰਦਾ ਹੈ ਉਹ ਸਮਾਲਕ Thank you.
माया गई तब रोवन लगता है, माया गई जब मेरे के अंदर रोन लग पता है, ऐसा मिट्टी लगो तो चलिया जाए
ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਨਾਲ ਅਸਾ
ਭਗਤ ਗੁਰੂ ਨਾਨਕ ਦੇ ਪਾਤਸ਼ਾਹ ਦੀਆਂ ਨੇ ਪਾਵਨ ਸਮਾਗਮ ਸੋਹਣਾ ਕੀਤਾ। ਆਵੋ ਮਹਾਂਪੁਰ ਸਹੇਲੀ ਹੋ ਸੱਚਾ ਨਾਮ ਲਈ ਸੰਸਾਰ ਤੋਂ ਜਿਨ੍ਹਾਂ ਨੇ ਵੀ ਜਿਹੜਾ ਵੀ ਦਵਾਈ ਦੀ ਸੇਵਾ ਕਰੀਏ ਆਵੋ ਮਹਾਂਪੁਰ ਸਹੇਲੀ ਹੋ ਸੱਚਾ ਨਾਮ ਲਈ ਇਹਦਾ ਨਾਮ ਲਿਖਾਂ ਕਿ ਸੱਚੇ ਦਾ ਜਿਹੜਾ ਸਦਾ ਰਹਿਣ ਆਦਿ ਸੱਚ ਜਵਾਦ ਸੱਚ ਹੈ ਵੀ ਸੱਚ ਨਾਲ ਪੋਸੀ ਵੀ ਸੱਚ ਉਹ ਮਾਲਕ ਜਿਹੜਾ ਸੱਚਾ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ
ਦਸਾਂ ਪਾਤਸ਼ਾਹੀਆਂ ਦੀ ਹਾਜ਼ਰ ਨਾਜ਼ਰ ਜਗਤ ਜੋ ਸਿੱਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪਾਰਦਰਸ਼ਨ ਦੇ ਦਾਰੇ ਹੋ ਕੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਰੰਗ ਕੇ ਛਕਿਆ ਦੇ ਚਲਾਏ ਤੇਗ ਬਾਜੀ ਦੇ ਕੇ ਅਨੁਭਵ ਕੀਤਾ ਆਪਣਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਜੇ ਸੀ ਦੁੱਖੇ ਬੰਦ ਬੰਦ ਕਟਾਏ ਟੋਕਰੀਆਂ ਲਹਾਈਆਂ ਤਰੱਕੜੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਜਗਾਏ ਜਿਨ੍ਹਾਂ ਦੇ ਪਵਿੱਤਰ ਕਮਾਈ ਲੱਖਾਂ ਸਰਬਤ ਗੁਰਦੁਆਰਿਆਂ ਤੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਾਏ ਦੇਗ ਤੇ ਪਤੇ ਦੁਰਗ ਕੀ ਜਾਇ ਸੰਤ ਕੀ ਦੀ ਸ਼੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਦਾ ਰਹਿਬਾਨ ਬਵੇਕ ਦਾਨ ਸਹਿਬਾਨ ਸਹਿਬਾਨ ਸਭ ਸਭ ਜੀ ਕੇ ਦਰਸ਼ਨ ਸ਼ਨਾਨ ਜੁਤੀਆਂ ਸੰਦੇ ਮੁਨੇ ਜਗੋ ਜਗਾ ਕਾਲ ਧਰਮ ਕਾ ਜਾਜਾ ਨਾ ਮਤ ਉੱਚੀ ਮਤ ਪਾ ਦੇ ਰੱਖੇ ਆਪ ਕਾ ਗੁਰੂ ਕੁਲਾਂਦਰ ਜੋਧੜੀ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦਾ ਪ੍ਰਮਾਣ ਹੈ ਦੇਹਾ ਚੇਰੇ ਵਿਖਿਆ ਤੇਹਾ ਹੁਕਮ ਕਮਾਏ ਧੰਦੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਪਾ ਅਨੁਸਾਰ ਸਤਿਗੁਰੂ ਆਪ ਜੀਆਂ ਦੇ ਦਰਕਰ ਦੇ ਪ੍ਰੀਤਵਾ ਦਰਕਰ ਦੇ ਸ਼ਰਧਾਲੂ ਦਰਕਰ ਦੇ ਪੁਰੇ ਸਰਦਾਰ ਕਿਸ਼ਨ ਸਿੰਘ ਸਤਿਗੁਰੂ ਸਮਾਤ ਲੋਕ ਦੀ ਯਾਤਰਾ ਕਰਦਿਆਂ ਹੋਇਆ ਕੁਝ ਰੋਜ਼ ਪਹਿਲਾਂ ਪਰਲੋਕ ਗਮਨ ਕਰ ਗਏ ਗੁਰਮੁਖ ਪਰਿਵਾਰ ਨੇ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਜੀ ਦਾ ਓਟ ਆਸਰਾ ਥੱਕਦਿਆਂ ਹੋਇਆ ਆਪਣੇ ਗ੍ਰਹਿ ਵਿਖੇ ਸਤਿਗੁਰੂ ਧੁਰ ਕੀ ਬਾਣੀ ਆਏ ਇਹਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਰਤਾ ਅਨੁਸਾਰ ਅਨੰਦਪੁਰ ਸਾਹਿਬ ਰੰਗ ਦਰਵਾਏ ਸਨ ਬਾਣੀ ਆਪ ਤੋਂ ਮਧ ਮਧ ਤੋਂ ਸੰਪੂਰਨ ਅੰਮ੍ਰਿਤ ਵੇਲੇ ਭੋਗ ਪਾਏ ਗਏ ਪ੍ਰਮ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਨ ਜੀਓ ਕੇਸੋ ਗੋਪਾਲ ਕੁੰਬਤ ਸਦੇ ਹੋ ਹਰ ਹਰ ਕਥਾ ਪੜੇ ਪ੍ਰਾਨ ਜੀਓ ਦੀ ਮਹਾਂਵਾਰਤਾ ਆ
ਆਪਣ ਮਿੱਤ ਬਲਾਵੇ ਆਪਣੀ ਮਜ ਆਪ ਲਾਵੇ ਹਰਜਨ ਮੰਗਲ ਗਾਵੇ ਰਾਏ ਬਿਸਰ ਨਹੀਂ ਕਹੀਏ ਤੇ ਇਹ ਬਦਮਨ ਮੈਂ ਪਾਵੇ ਗੁਰਪੁਰਾ ਪ੍ਰੀਤੀ ਬਲਤਾਗੀ ਜਨ ਨਾਨਕ ਕਦੇ ਨ ਘਾਵੇ ਬਿਸਰ ਨਹੀਂ ਕਹੀਏ ਤੇ ਇਹ ਬਦਮਨ ਮੈਂ ਪਾਵੇ ਗੁਰਪੁਰਾ ਪ੍ਰੀਤੀ ਬਲਤਾਗੀ ਜਨ ਨਾਨਕ ਕਦੇ ਨ ਘਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁੜਦੇ ਜੀ ਸਾਧ ਸੰਗਤ ਜੀ ਸਭ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸਾਧ ਸੰਬੰਧੀ ਰਿਸ਼ਤੇਦਾਰ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਜੋ ਸਰਦਾਰ ਕ੍ਰਿਸ਼ਨ ਸਿੰਘ ਕੁਝ ਦਿਨ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਸਰਦਾਰ ਜੰਡੈਲ ਸਿੰਘ ਸਰਦਾਰ ਦਲਜੀਤ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਪਾਂ ਹਾਜ਼ਰ ਹੋਏ ਹਾਂ। ਸੱਜਣ ਮੇਰੇ ਰੰਗਲੇ ਜੈ ਸੁੱਤੇ ਜੀਵਾਨ ਪੰਜੀ ਖੁੰਝੀ ਪੰਜੇ ਜਰੂਰੇ ਰੋਮਾਂ ਚੇਰੀ ਵਾਣ ਸਭਨਾ ਸਹੁਰੇ ਵੰਜਣਾ ਸਭ ਮਕਲਾਵਣ ਹਾਰ ਸਭਨਾ ਮਰਨਾ ਆਇਆ ਵਿਛੋੜਾ ਸਰਨਾ ਵਿਛੋੜਾ ਸ਼ਬਦ ਹੀ ਇੰਨਾ ਇੱਕ ਦੁਖਦਈ ਹੈ ਜੇ ਮਲਾਪਾਂ ਦਾ ਖੁਸ਼ੀ ਹੈ ਵਿਛੋੜਾ ਦਾ ਦੁੱਖ ਆ। ਅੱਜ ਵਿਛੋੜਾ ਇੱਕ ਬਾਪ ਦਾ ਬਾਪ ਦੀ ਸਰਪ੍ਰਸਤੀ ਹੈ ਤਾਂ ਇਨਸਾਨ ਬੜੀਆਂ ਮੌਜਾਂ ਮਾਣਦਾ ਔਰ ਬਾਪ ਦਾ ਰਿਸ਼ਤਾ ਵੀ ਜਿਹਾ ਬਾਪ ਨੂੰ ਕਦੇ ਭੁਲਾਇਆ ਵੀ ਨਹੀਂ ਜਾ ਸਕਦਾ ਕਿਉਂਕਿ ਜਿਸ ਬਾਪ ਨੇ ਬਚਪਨ ਦੇ ਵਿੱਚ ਇਨਸਾਨ ਨੂੰ ਪਾਲਿਆ ਹੋਵੇ ਉਂਗਲ ਫੜ ਕੇ ਚੱਲਣਾ ਸਿਖਾਇਆ ਹੋਵੇ ਉਸ ਬਾਪ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਉਸ ਪਰਮਾਤਮਾ ਦੇ ਭਾਣੇ ਅੱਗੇ ਕੀਤਾ ਕੁੱਝ ਨਹੀਂ ਜਾ ਸਕਦਾ। ਆਪਾਂ ਸਾਰੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਸਮਾਜ ਹੈ ਵਿਨਾਸ਼ਸ਼ੀਲ ਕੋਈ ਇਨਸਾਨ ਇੱਥੇ ਪੱਕੇ ਤੌਰ ਤੇ ਰਹਿ ਨਹੀਂ ਸਕਦਾ ਜੇ ਜਨਮ ਮਿਲਿਆ ਤਾਂ ਜ਼ਿੰਦਗੀ ਕਿਹੋ ਜਿਹੀ ਜਿਉਣੀ ਹੈ ਇਨਸਾਨ ਦੇ ਵਸਤੀ ਗੱਲ ਪਰਮਾਤਮਾ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਇਹਨਾਂ ਹੱਥਾਂ ਦੇ ਨਾਲ ਅਸੀਂ ਕਿਰਤ ਵੀ ਕਰ ਸਕਦੇ ਹਾਂ ਮਾੜੇ ਕੰਮ ਵੀ ਕੀਤੇ ਜਾ ਸਕਦੇ ਹਾਂ ਇਹਨਾਂ ਪੈਰਾਂ ਦੇ ਨਾਲ ਅਸੀਂ ਚੱਲ ਕੇ ਮਾੜੇ ਪਾਸੇ ਵੀ ਜਾਇਆ ਜਾ ਸਕਦਾ ਔਰ ਚੰਗੇ ਪਾਸੇ ਵੀ ਜਾਇਆ ਜਾ ਸਕਦਾ ਇਹਨਾਂ ਅੱਖਾਂ ਦੇ ਨਾਲ ਇਨਸਾਨ ਜੋ ਮਰਜ਼ੀ ਦੇਖੇ ਉਹ ਇਨਸਾਨ ਦੀ ਮਰਜ਼ੀ ਹੈ ਜਨਮ ਤੋਂ ਮੌਤ ਤੱਕ ਦਾ ਜਿਹੜਾ ਸਫ਼ਰ ਆ ਉਹਦੇ ਬਾਰੇ ਭਗਤ ਵੀਰ ਜੀ ਕਹਿੰਦੇ ਨੇ ਕਿਆ ਜਾਂਦੇ ਕਿਆ ਮਰੇਗੀ ਕੈਸਾ ਮਰਨਾ ਹੋਵੇ ਭਗਤ ਜੀ ਕਹਿੰਦੇ ਨੇ ਮੌਤ ਆ ਜਿਹੜੀ ਗਰਭ ਦੇ ਵਿੱਚ ਵੀ ਆ ਸਕਦੀ ਹੈ ਹੋ ਸਕਦਾ ਬਚਪਨ ਹੀ ਨਾ ਮਿਲੇ ਜੇ ਬਚਪਨ ਮਿਲ ਗਿਆ ਤਾਂ ਹੋ ਸਕਦਾ ਜਵਾਨੀ ਨਾ ਮਿਲੇ ਜੇ ਜਵਾਨੀ ਮਿਲ ਗਈ ਤਾਂ ਹੋ ਸਕਦਾ ਬੁਢਾਪਾ ਨਾ ਮਿਲੇ ਜਦੋਂ ਕੋਈ ਪੁਰਾਣੀ ਸਭ ਤੋਂ ਵਿਛੜਦਾ ਅਸੀਂ ਉਹਦੇ ਬਾਰੇ ਵਿਰਾਧ ਕਰਦੇ ਹਾਂ ਜਿੰਨਾ ਸਾਡਾ ਸੰਬੰਧ ਆ ਰੋਂਦੇ ਹਾਂ ਹੋਰ ਬਾਰੇ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਬਾਬਾ ਕਿਸ ਨੂੰ ਰੋਈਏ ਵਾਲੀ ਹੈ ਸੰਸਾਰ ਵਾਲੀ ਕਹਿੰਦਾ ਫੇਰ ਨੂੰ ਹਰ ਘਰ ਦੇ ਵਿੱਚ ਬਾਬਾ ਜੀ ਕਹਿੰਦੇ ਮੌਤ ਨੂੰ ਪਿੱਛੇ ਫਿਰ ਨਹੀਂ ਜਾਣੀ ਹੈ ਤੇ ਉਹਨਾਂ ਦੀ ਕਿਸ ਕਿਸ ਅੱਗੇ ਜਾ ਕੇ ਕਹਿੰਦੇ ਸੰਤ ਹੋਇਆ ਕਿ ਰੋਈਏ ਜੋ ਆਪਣੇ ਰਹਿ ਜਾਏ ਸੰਤ ਭਾਵ ਆ ਸਾਊ ਇਨਸਾਨ ਜਿਵੇਂ ਸਰਦਾਰ ਕ੍ਰਿਸ਼ਨ ਸਿੰਘ ਜੀ ਸਾਡੇ ਕੋਲ ਗਏ ਨੇ ਬਹੁਤ ਹੀ ਸਾਦਾ ਜੀਵਨ ਬਹੁਤ ਹੀ ਸਾਊ ਇਨਸਾਨ ਕਦੇ ਕਿਸੇ ਨਾਲ ਲੜੇ ਬੋਲੇ ਜੀ ਜਦੋਂ ਅਜਿਹੇ ਇਨਸਾਨ ਸਾਡੇ ਵਿੱਚੋਂ ਜਾਂਦੇ ਤਾਂ ਨਹੀਂ ਹੋਣਾ ਚਾਹੀਦਾ ਅੱਗੇ ਜਾ ਕੇ ਸਾਨੂੰ ਰੋਣ ਵਾਸਤੇ ਵੀ ਕਿਹਾ ਗਿਆ ਉਹ ਸਾਖ ਵਾਪੜੇ ਜੋ ਹਟੇ ਹੱਟ ਪਟਾਏ ਉਹਦੇ ਅਜਿਹੇ ਇਨਸਾਨਾਂ ਨੂੰ ਭਾਈ ਰੋਵੋ ਜਿਹਨਾਂ ਨੇ ਆਪਣੇ ਜੀਵਨ ਦੇ ਵਿੱਚ ਪੁੱਠੇ ਸਿੱਧੇ ਕੰਮ ਪੱਗੀਆਂ ਠੋੜੀਆਂ ਮਾਰਦੇ ਨੇ ਔਰ ਆਪਣਾ ਹੀਰਾ ਜੀਵਨ ਬਰਬਾਦ ਕਰਕੇ ਚਲੇ ਗਏ ਉਹਨਾਂ ਨੂੰ ਰੋਣ ਵਾਸਤੇ ਵੀ ਕਿਹਾ ਗਿਆ ਇਸ ਕਰਕੇ ਵਾਰ ਵਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਝਾਇਆ ਗਿਆ ਮਹਾਰਾਜ ਜਨਮ ਦੁਰਲੱਭ ਹੈ ਕੋਈ ਨਾ ਵਾਰੋ ਵਾਰ ਭਗਤ ਨਾਮਦੇਵ ਜੀ ਵੀ ਸਾਨੂੰ ਬੜੇ ਸੋਹਣੇ ਸ਼ਬਦਾਂ ਦੇ ਨਾਲ ਤਰਕ ਦੇ ਕੇ ਇਸ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਸੁਕਰ ਕੁਕਰ ਜਨਮ ਲਿਆ ਤੋ ਲਾਜ ਨਾ ਆਈ ਤੁਹਾਡੇ ਗੁਰੂ ਇਨਸਾਨ ਨੂੰ ਕਹਿੰਦੇ ਸੂਰ ਦੀ ਜ਼ਿੰਦਗੀ ਵੀ ਜੀਵਨ ਵੀ ਬਤੀਤ ਕਰ ਆਇਆ ਸੁੱਧੇ ਦਾ ਜੀਵਨ ਵੀ ਤੂੰ ਬਤੀਤ ਕਰ ਲਿਆ ਪਰ ਤੈਨੂੰ ਇਨਸਾਨ ਬਣ ਕੇ ਹੀ ਲਾਜ ਦੇ ਆਈ ਬਹੁਤ ਸਾਰੀਆਂ ਬਾਣੀ ਦੇ ਵਿੱਚ ਉਦਾਹਰਣਾਂ ਦੇ ਕੇ ਇਨਸਾਨ ਨੂੰ ਸਮਝਾਉਣਾ ਕੀਤਾ ਗਿਆ ਸੋ ਜਿੰਨਾ ਵੀ ਸਮਾਂ ਸਰਦਾਰ ਕ੍ਰਿਸ਼ਨ ਸਿੰਘ ਨੂੰ ਇਸ ਸਮਾਜ ਸੰਸਾਰ ਦੇ ਵਿੱਚ ਮਿਲਿਆ ਉਹਨਾਂ ਦਾ ਜੀਵਨ ਬੜਾ ਸਾਦਾ ਸੀ ਔਰ ਉਹਨਾਂ ਜਨਮ ਉਹਨਾਂ ਦਾ ਲਾਹੌਰ ਦੇ ਵਿੱਚ ਹੋਇਆ ਔਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੀਐਸਐਫ ਦੇ ਵਿੱਚ ਭਰਤੀ ਹੋਏ ਦੋ ਜੱਗਾਂ ਵੀ ਲੜੀਆਂ ਸੰਸਥਾ ਵੀ ਦੇ ਖਤਰ ਦੀ ਔਰ ਪਰਿਵਾਰ ਨੂੰ ਬੜੀ ਇਮਾਨਦਾਰੀ ਦੇ ਨਾਲ ਪਾਲਿਆ ਦੋ ਬੇਟੀਆਂ ਨੇ ਜਨਮ ਲਿਆ ਦੋ ਬੇਟੇ ਜੰਡੈਲ ਸਿੰਘ ਦਲਜੀਤ ਸਿੰਘ ਜੋ ਸਾਡੇ ਅੱਜ ਕੌਮ ਦੇ ਪ੍ਰਚਾਰਕ ਨੇ ਔਰ ਬੜਾ ਵਧੀਆ ਜੀਵਨ ਇੱਥੋਂ ਜੁੜ ਕੇ ਗਏ ਨੇ ਕਦੇ ਵੀ ਕਿਸੇ ਨੂੰ ਮਾੜੀ ਚੰਗਾ ਸ਼ਬਦ ਜਾਂ ਕਿਸੇ ਨਾਲ ਲੜਦੇ ਝਗੜਦੇ ਮੈਂ ਨਹੀਂ ਦੇਖੇ ਜਦੋਂ
ਅਜਿਹੇ ਇਨਸਾਨ ਜਾਂਦੇ ਹਨ, ਮੈਂ ਸਮਝਦਾ ਜਿੱਥੇ ਸਾਡੇ ਸਮਾਜ ਨੂੰ ਘਾਟਾ, ਸਾਡੇ ਨਗਰ ਨੂੰ ਘਾਟਾ, ਕਿਉਂਕਿ ਬਜ਼ੁਰਗਾਂ ਨੇ ਸਮਾਜ ਨੂੰ ਬਣਾਉਣ ਲਈ ਬੜੀ ਵੱਡੀ ਦੇਣ, ਬੜੇ ਔਖੇ ਸਮੇਂ ਦੇਖ ਕੇ ਬਜ਼ੁਰਗਾਂ ਨੇ ਸਾਨੂੰ ਇੱਥੇ ਤੱਕ ਲਿਆਂਦਾ, ਉਹ ਸਮਝਣਾ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ, ਜਿੱਥੇ ਪਰਿਵਾਰ ਨੂੰ ਘਾਟਾ, ਸਾਨੂੰ ਵੀ ਬੜਾ ਵੱਡਾ ਘਾਟਾ ਪਿਆ। ਬਹੁਤ ਸਾਰੇ ਆਗੂ ਸਾਹਿਬਾਨ ਇਸ ਸ਼ੋਕਮਈ ਸਮਾਗਮ ਦੇ ਵਿੱਚ ਪਹੁੰਚੇ ਨੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗ੍ਰੰਥੀ ਸਭਾ ਦੇ ਪਹਿਲ ਸਿੰਘ ਜੋ ਪ੍ਰਧਾਨ ਨੇ, ਉਹ ਆ ਕੇ ਸਰਦਾਰ ਕ੍ਰਿਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਾਰੇ ਹੀ ਬੁਲਾਰਿਆਂ ਨੂੰ ਬੇਨਤੀ ਕਿ ਦੋ ਦੋ ਮਿੰਟ ਸਮਾਂ ਕਾਫੀ ਹੋ ਗਿਆ। ਗ੍ਰੰਥੀ ਸਭਾ ਦੇ ਪ੍ਰਧਾਨ ਸਰਦਾਰ ਪਹਿਲ ਸਿੰਘ ਨੂੰ ਮੈਂ ਬੇਨਤੀ ਕਰਨਾ ਜੀ, ਉਹ ਆ ਕੇ ਸਰਦਾਰ ਕ੍ਰਿਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਜੀ। ਪ੍ਰਚਾਰਕ ਬੁੱਢਾ ਦਲ ਜੀ ਦੇ ਗ੍ਰੰਥੀ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ ਜੀ ਔਰ ਅਮਰੀਕਾ ਕਮੇਟੀ ਮੁੱਲਾਪੁਰ ਸਰਦਾਰ ਵਿਜੇ ਸਿੰਘ ਭੈਣੀ ਜੋ ਦੁੱਖ ਦੇ ਵਿੱਚ ਦੁੱਖ ਸਾਂਝਾ ਕਰਕੇ ਗਏ ਨੇ, ਸਰਦਾਰ ਅਨੰਦ ਸਰੂਪ ਸਿੰਘ ਜੀ ਬੋਲੀ, ਸਰਦਾਰ ਮਨਪ੍ਰੀਤ ਸਿੰਘ ਜੀ ਯਾਰੀ, ਕੌਂਸਲਰ ਬਲਵਿੰਦਰ ਸਿੰਘ ਸੇਖੋਂ, ਜਤਿੰਦਰ ਸਿੰਘ ਮੱਕੜ, ਬਿੰਦਰ ਸੇਖੋਂ, ਤਰਨਵੀਰ ਸੇਖੋਂ ਜੋ ਸਾਡੇ ਵਿੱਚ ਹਾਜ਼ਰ ਨੇ, ਵਿਜੂ ਦਾਖਾ, ਪ੍ਰਧਾਨ ਹਰਦੇਵ ਸਿੰਘ ਜੀ ਦਾਖਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਮੇਜਰ ਸਿੰਘ ਮੁੱਲਾਪੁਰ, ਉਹ ਆ ਕੇ ਸਾਡੇ ਪਿਤਾ ਸਨਮਾਨ ਸਨ, ਉਹਨਾਂ ਨੇ ਸਾਡੇ ਸਮਾਜ ਨੂੰ ਜੀਵਨ ਦਾ ਇੱਕ ਤੋਹਫਾ ਰਣਜੀਤ ਸਿੰਘ ਬੇਪਰਵਾਹ ਦੇ ਰੂਪ ਵਿੱਚ ਦਿੱਤਾ। ਮੈਂ ਜ਼ਿਆਦਾ ਨਹੀਂ ਕਹਿੰਦਾ, ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਆਏ ਹਾਂ। ਜੋ ਰਣਜੀਤ ਸਿੰਘ ਸਿੱਖ ਕੌਮ ਦੇ ਵਿੱਚ ਸੇਵਾ ਕਰ ਰਿਹਾ, ਕਾਂਗਰਸ ਪਾਰਟੀ ਸੇਵਾ ਕਰ ਰਿਹਾ, ਅਸੀਂ ਉਸ ਵਕਤ ਉਹਨਾਂ ਦੀ ਆਤਮਾ ਨੂੰ ਇਹੀ ਸੱਚੀ ਸ਼ਰਧਾਂਜਲਾ ਹੈ, ਸ਼ਰਧਾਂਜਲੀ ਹੈ ਕਿ ਸਰਦਾਰ ਦਲਜੀਤ ਸਿੰਘ ਜਿਸ ਤਰ੍ਹਾਂ ਸੇਵਾ ਕਰ ਰਿਹਾ ਸੀ ਕੌਮ ਦੀ, ਪੰਥ ਦੀ ਅਤੇ ਕਾਂਗਰਸ ਪਾਰਟੀ ਦੀ, ਇਸੇ ਤਰ੍ਹਾਂ ਕਰਦਾ ਰਹੇ। ਮੈਂ ਬੇਨਤੀ ਕਰੂੰਗਾ, ਸਰਦਾਰ ਗੁਰਮੇਲ ਸਿੰਘ ਜੀ ਸਭਾ ਦੇ ਪ੍ਰਧਾਨ ਆਏ ਹੋਏ ਨੇ, ਅਸੀਂ ਦਸਤਾਰ ਭੇਟ ਕਰਨੀ ਸੀ, ਬੋਲਣਾ ਤਾਂ ਨਹੀਂ ਸੀ, ਸੁਖਸਿਮਾ ਦੇ ਜਾਤਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦੇ ਹਾਂ ਭਾਈ ਬਲਪ੍ਰਭਾ ਸਾਹਿਬ ਨੂੰ ਕਿ ਉੱਠਣ, ਜੋ ਦਸਤਾਰ ਹੈ ਸਾਡੇ ਵੱਲੋਂ, ਕਿਉਂਕਿ ਸਿੱਖ ਕੌਮ ਦੇ ਵਿੱਚ ਧਰਮ ਦੀ ਪ੍ਰਚਾਰ ਕਰਦੇ ਨੇ, ਸਾਡੇ ਗ੍ਰੰਥੀ ਸਭਾ ਦੇ ਪ੍ਰਧਾਨ ਦਸਤਾਰ ਦੇਣਗੇ। ਸੁਖਦੇਵ ਸਿੰਘ ਚੱਕ ਪ੍ਰਬੰਧਕ ਕਮੇਟੀ ਲਾਗੂ ਗੁਰਦੁਆਰਾ ਸਾਹਿਬ ਮੁੱਲਾਪੁਰ, ਸਰਦਾਰ ਰਵਿੰਦਰ ਸਿੰਘ ਚਾਕਲ, ਜਰਦਰ ਸਿੰਘ ਸਰਪੰਚ ਕੈਲਪੁਰ, ਕੌਂਸਲਰ ਬਿੱਟੂ ਜਗਰਾਓ, ਬਹੁਤ ਸਾਰੇ ਆਗੂ ਸਾਹਿਬਾਨ ਜੋ ਬੈਠੇ ਨੇ, ਸਾਰਿਆਂ ਦਾ ਮੈਨੂੰ ਉਹਨਾਂ ਦਾ ਕਮਰਾ ਸਮਾਂ ਲੱਗੂਗਾ। ਹੁਣ ਮੈਂ ਬੇਨਤੀ ਕਰਾਂ ਸਰਦਾਰ ਜਗਪਾਲ ਸਿੰਘ ਮਹੂੜਾ ਜੀ ਨੂੰ, ਜੋ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ, ਉਹ ਆ ਕੇ ਸਰਦਾਰ ਕ੍ਰਿਸ਼ਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਜਗਪਾਲ ਸਿੰਘ ਜੀ ਮਹੂੜਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਆਪਾਂ ਸਾਰੇ ਇਸ ਵਾਰ ਬਿਜੂ ਜੀ ਦੀ ਅੰਤਮ ਅਰਦਾਸ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ। ਜੋ ਆਪਾਂ ਸਭ ਕੋਈ ਵਾਲੀਆ ਜੋ ਵਿਅਕਤੀ ਦੁਨੀਆਂ 'ਤੇ ਆਉਂਦਾ ਉਹਨੇ ਇਕਲੇ ਦਿਨ ਜਾਣਾ ਹੈ, ਪੂਰਾ ਦਾ ਰਸੂਲਾ ਮੰਨ ਰਾਏ ਮੰਡਲ ਮੈਂ ਆਏ, ਹੋਰ ਤੋਂ ਕੋਈ ਵਿਅਕਤੀ ਬਚ ਨਹੀਂ ਸਕਦਾ। ਸਰਦਾਰ ਕਿਸ਼ਨ ਸਿੰਘ ਦੇ ਜੀਵਨ ਬਾਰੇ ਸਰਪੰਚ ਸਾਹਿਬ ਨੇ ਬੜੀ ਉਦੇਸ਼ ਦੇ ਵਿੱਚ ਦੱਸਿਆ, ਬੜੀ ਮਿਹਨਤ ਕਰਕੇ ਉਹਨਾਂ ਨੇ ਪਰਿਵਾਰ ਨੂੰ ਉੱਚਾ ਚੁੱਕਿਆ। ਅੱਜ ਉਹਨਾਂ ਦਾ ਬੇਟਾ ਰਣਜੀਤ ਪੰਥ ਦੀ ਅਤੇ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ, ਇਹ ਸਾਡੀ ਉਹਨਾਂ ਦੀ ਜੀਵਨ ਆ। ਰਹਿਣਾ ਇੱਥੇ ਕਿਸੇ ਨੇ ਜਿਹੜੇ ਗੱਲੇ ਚੰਗੇ ਬੰਦੇ ਸਾਡੇ ਕੋਲ ਜਾ ਰਹੇ ਨੇ, ਰਿਪਲੇਸਮੈਂਟ ਸਭ ਤੋਂ ਹੋ ਨਹੀਂ ਰਹੀ, ਸਮਾਜ ਦੇ ਵਿੱਚ ਬੜੀਆਂ ਤਰੀਕੀਆਂ ਨੇ, ਉਹਨਾਂ ਸਾਰੇ ਵਿਸ਼ਿਆਂ 'ਤੇ ਵਿਚਾਰ ਕਰਨ ਦੀ ਲੋੜ ਆ। ਸਾਨੂੰ ਔਲਾਦ ਦਾ ਧਿਆਨ ਰੱਖਦੇ ਹਾਂ, ਕੋਈ ਨਹੀਂ ਰੱਖਦੇ, ਸਾਰੇ ਰੱਖਦੇ ਹਾਂ, ਲੇਕਿਨ ਸਾਨੂੰ ਇਹ ਨਹੀਂ ਕਰਾਂ ਤੋਂ ਜਿੱਦਾਂ ਕੋਈ ਸਿੱਧੇ ਜਾਣਾ ਚਾਹੀਦਾ। ਸੋ ਮੈਂ ਆਪਦੇ ਵੱਲੋਂ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਈ, ਪਰਿਵਾਰ ਨੂੰ ਬਜ਼ੁਰਗ ਦੀ ਤਾਕਤ ਦੇਈ, ਪਰਿਵਾਰ ਵਧੇ ਫੁੱਲੇ ਤਰੱਕੀ ਕਰੇ, ਇਹਨਾਂ ਕਹਿੰਦਾ ਕਰਵਾਉਣਾ ਚਾਹੀਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਡੀ ਗੁਰਮੇਲ ਸਿੰਘ, ਭਾਡੀ ਦਰਸ਼ਨ ਸਿੰਘ ਭਿੰਡਰ, ਭਾਡੀ ਬਲਵੰਤ ਸਿੰਘ, ਮੈਡਮ ਇੰਦਰਜੀਤ ਕੌਰ ਉਗਰਾਏ, ਦਰਸ਼ਨ ਸਿੰਘ ਬਿਰਕ, ਸਰਦਾਰ ਬਲਵੰਤ ਸਿੰਘ ਜੀ ਧਰੋਆ, ਸਿਕੰਦਰ ਸਿੰਘ, ਸਰਦਾਰ ਗੁਰਮੇਲ ਸਿੰਘ, ਸਰਦਾਰ ਗੁਰਦੇਵ ਸਿੰਘ ਜੀ ਪੱਟੀਆਂ, ਸਰਪੰਚ ਮਨਜੀਤ ਸਿੰਘ ਚੰਦਨ, ਬਲਵੀਰ ਚੰਦ ਕੌਂਸਲਰ, ਰਕੇਸ਼ ਗੋਇਲ ਜੀ, ਬਹੁਤ ਸਾਰੇ ਆਗੂ ਸਾਹਿਬਾਨ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ। ਮੈਂ ਹੁਣ ਬੇਨਤੀ ਕਰਾਂ ਸਰਦਾਰ ਗੁਰਦੇਵ ਸਿੰਘ ਲਾਪਰਾ ਜੋ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਲੁਧਿਆਣਾ ਜ਼ਿਲ੍ਹੇ ਦੇ, ਸਰਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋੜੀ ਨੂੰ ਸਾਡੀ ਮੁਕਤਸਰ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਜ਼ੁਰਗ ਸਰਦਾਰ ਕਿਸ਼ਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਇਆ। ਰਾਗੀ ਸਿੰਘਾਂ ਨੇ ਗੁਰੂ ਦੀ ਗੁਰਬਾਣੀ ਦਾ ਵੈਰਾਗਮਈ ਕੀਰਤਨ ਕਰਕੇ ਜਿੱਥੇ ਜ਼ਿੰਦਗੀ ਅਤੇ ਮੌਤ ਦੇ ਫਲਸਫੇ ਦਾ ਵਰਣਨ ਕੀਤਾ, ਮੌਤ ਇੱਕ ਅਕਾਲ ਸੱਚਾਈ ਹੈ, ਮੌਤ ਮਾਤਾ ਦੇ ਗਰਭ ਦੇ ਵਿੱਚ ਵੀ ਆ ਸਕਦੀ ਆ, ਮੌਤ ਬਚਪਨ ਵਿੱਚ ਵੀ ਆ ਸਕਦੀ ਆ, ਮੌਤ ਜਵਾਨੀ ਵਿੱਚ ਵੀ ਆ ਸਕਦੀ ਆ, ਮੌਤ ਬੁਢਾਪੇ ਵਿੱਚ ਵੀ ਆ ਸਕਦੀ। ਗੱਲ ਮੁੱਕਦੀ ਕਿ ਇਹ ਨਾਸਵੰਤ ਸਰੀਰ ਕਾਲ ਦਾ ਖਾਜਾ ਮੌਤ ਆਉਣੀ ਆ। ਮੌਤ ਦੇ ਮੁਤਾਬਕ ਵੱਖ ਵੱਖ ਸਿਆਣੇ ਪੁਰਸ਼ਾਂ ਨੇ ਆਪੋ ਆਪਣੀ ਰਾਇ ਲਿਖੀ ਆ। ਸ਼ੇਕਸਪੀਅਰ ਲਿਖਦਾ ਕਿ ਮੌਤ ਇੱਕ ਉਹ ਬਿਖਲਾ ਪੈਂਦਾ ਜਿਸ ਤੇ ਚੱਲ ਕੇ ਕਦੇ ਕੋਈ ਵਾਪਸ ਨਹੀਂ ਆਇਆ। ਸਿੱਖ ਪੰਥ ਵਿੱਚ ਭਾਈ ਗੁਰਦਾਸ ਦੀ ਉਪਾਧੀ ਨਾਲ ਸਨਮਾਨਿਤ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਕਿ ਮੌਤ ਇੱਕ ਉਹ ਦਰਵਾਜ਼ਾ ਜਿਸ ਨੂੰ ਪਾਰ ਕਰਕੇ ਇਨਸਾਨ ਪਰਮਾਨੰਦ ਵਿੱਚ ਚਲੇ ਜਾਂਦਾ, ਬਸ਼ਰਤੇ ਉਸ ਇਨਸਾਨ ਨੇ ਜ਼ਿੰਦਗੀ ਇਨਸਾਨੀਅਤ ਦੀ ਤਰਜ਼ ਤੇ ਰੱਬ ਦੇ ਪੈਰ ਦੇ ਪਾਉ ਵਿੱਚ ਦਸਾਂ ਨਾਵਾਂ ਦੀ ਕਿਰਤ ਦੇ ਵਿੱਚ ਜਾਰੀ ਹੋਈ। ਸਰਪੰਚ ਸਾਹਿਬ ਨੇ ਸਰਦਾਰ ਕਿਸ਼ਨ ਸਿੰਘ ਦੇ ਮੁਤਾਬਕ ਕਿ ਜਿਨ੍ਹਾਂ ਨੇ ਆਪਣੀਆਂ ਧੀਆਂ ਪੁੱਤਰਾਂ ਦਾ ਬਹੁਤ ਵਧੀਆ ਪਾਲਣ ਪੋਸ਼ਣ ਕਰਕੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਔਰ ਉਹਨਾਂ ਨੇ ਦੱਸਿਆ ਕਿ ਬਾਰਡਰ ਸਿਕਿਉਰਿਟੀ ਫੋਰਸ ਦੀ ਨੌਕਰੀ ਉਹਨਾਂ ਨੇ ਬੜੀ ਨੇਕ ਨੀਤੀ ਦੇ ਨਾਲ ਕੀਤੀ। ਸਾਡੇ ਜਿਹੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ ਜਿਨ੍ਹਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣਾ, ਸੰਤ ਅਤਰ ਸਿੰਘ ਜੀ ਮਹਾਰਾਜ ਮਾਸਟਰ ਹੋਣ ਵਾਲੇ, ਉਹਨਾਂ ਨੇ ਵੀ ਫੌਜ ਦੇ ਵਿੱਚ ਨੌਕਰੀ ਕੀਤੀ। ਸੰਤ ਅਤਰ ਸਿੰਘ ਜੀ ਮਹਾਰਾਜ ਰੇਨੂ ਸਾਹਿਬ ਵਾਲੇ, ਉਹਨਾਂ ਨੇ ਵੀ ਫੌਜ ਦੇ ਵਿੱਚ ਨੌਕਰੀ ਕੀਤੀ। ਸੰਤ ਅਤਰ ਸਿੰਘ ਜੀ ਭੁਲਸਾ ਵਾਲੇ, ਉਹਨਾਂ ਨੇ ਵੀ ਫੌਜ ਦੇ ਵਿੱਚ ਨੌਕਰੀ ਕੀਤੀ। ਪੰਥ ਰਤਨ ਗਿਆਨੀ ਸੰਤ ਸਿੰਘ ਹਸਕੀਲ ਇੱਕ ਜਗ੍ਹਾ ਦੱਸਦੇ ਨੇ ਕਿ ਕਈ ਵਾਰੀ ਇਨਸਾਨ ਦਾ ਜਿਹੜਾ ਧੰਦਾ ਉਹ ਧਰਮ ਬਣ ਜਾਂਦਾ, ਉਹਦੀ ਜਿਹੜੀ ਕਿਰਤ ਆ ਉਹ ਇਬਾਦਤ ਉਰਦੂ ਦਾ ਲਫ਼ਜ਼ ਵੀ ਪੂਜਾ ਬਣ ਜਾਂਦੀ। ਬਈ ਇਨਸਾਨ ਜਿਹੜਾ ਵੀ ਧੰਦਾ ਕਰਦਾ ਅਗਰ ਨੇਕ ਨਾਮੀ ਦੇ ਨਾਲ ਕਰਦਾ ਉਹੀ ਉਹਦਾ ਧਰਮ ਆ, ਉਸ ਤੋਂ ਚੱਕ ਧਰਮ ਜਿਹੜੀ
ਉਹ ਦਸਾਂ ਮਾਵਾਂ ਦੀ ਜਪਤ ਕਰਦਾ, ਉਸ ਤੋਂ ਵੱਡੀ ਕੋਈ ਇਬਾਦਤ ਨਹੀਂ, ਕੋਈ ਪੂਜਾ ਨਹੀਂ। ਲੇਕਿਨ ਬਈ ਜੇ ਮੂੰਹ ਕੁਛ ਹੋਰ ਤੇ ਵਿੱਚ ਹੋਰ ਗੁਰਬਾਣੀ ਦੱਸਦੀ ਆ, ਅੱਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅੱਤ ਸੁੰਦਰ, ਅੱਤ ਦਾ ਸੁੰਦਰ ਵੀ ਹੋਵੇ, ਚਤਰ ਚਲਾਕ ਵੀ ਗੱਲਾਂ ਬਾਤਾਂ ਨੂੰ ਬਹੁਤ ਹੋਵੇ, ਮੁੱਖ ਗਿਆਨੀ ਮੂੰਹ ਦਾ ਗਿਆਨੀ ਹੋਵੇ ਲੇਕਿਨ ਅੰਦਰ ਹੁੰਦੀ ਬਾਤ, ਮੂੰਹ ਦਾ ਗੱਲਾਂ ਬਹੁਤ ਮਾਰ, ਮੁੱਖ ਗਿਆਨੀ ਧਨਵੰਤ ਪੈਸੇ ਵਾਲਾ ਵੀ ਹੋਵੇ। ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਇੱਕ ਤਾਂ ਮੌਤ ਆ ਜਿਹੜੀ ਹੁਣ ਆਈ ਆ, ਕਹਿੰਦੇ ਇਹੋ ਜਿਹੇ ਬੰਦੇ ਨੂੰ ਮਰਿਆਂ ਦੇ ਵਿੱਚ ਹੀ ਜੀਣੀ। ਸੋ ਸਰਦਾਰ ਕ੍ਰਿਸ਼ਨ ਸਿੰਘ ਦੇ ਮੁਤਲਕ ਤਕਰੀਬਨ ਸਾਡੀ ਕਾਂਗਰਸ ਪਾਰਟੀ ਦੇ ਨਾਲ ਬਹੁਤ ਔਖੇ ਸਮੇਂ ਦਾ ਤਨਜੀਬ ਦਾ ਰਾਸਤਾ, ਬੋਲਣ ਨੂੰ ਤਕਰੀਬਨ ਬਹੁਤ ਸਾਰੇ ਬੁਲਾਰੇ ਵਧੀਆ ਸਾਡੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਭਜਨ ਸਿੰਘ ਦੇਖਭਾਲ, ਸਰਦਾਰ ਮਨਮੋਹਨ ਸਿੰਘ ਸਰਪੰਚ ਨਾਗਵਾਲ, ਔਰ ਮੇਰੇ ਨਾਲ ਜ਼ਿਲ੍ਹੇ ਦੀ ਸੇਵਾ ਨਿਭਾ ਰਹੇ ਸਰ ਸੁਖਪਾਲ ਸਿੰਘ ਸੰਤੀ ਬਲੋਰ, ਹੋਰ ਵੀ ਆਏ ਨੇ। ਲੇਕਿਨ ਗਰਮੀ ਦਾ ਮੌਸਮ, ਸੰਗਤ ਅਤੇ ਗੁਰੂ ਮਹਾਰਾਜ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਕਿ ਜ਼ਿਆਦਾ ਸਮਾਂ ਮੈਂ ਤੁਹਾਡੇ ਦਰਮਿਆਨ ਰਹਾਂ। ਸੋ ਦੇਖੋ ਗੱਲ ਮੁੱਕਦੀ ਇਹੀ ਆ ਵੀ ਅਮਲਾਂ ਦੇ ਨਾਲ ਨਿਬੇੜੇ ਹੁੰਦੇ ਨੇ, ਦਿਖਾਵੇ ਵੀ ਲੋੜ ਨੇ ਇਨਸਾਨ ਨੂੰ ਹਰ ਫੀਲਡ ਦੇ ਵਿੱਚ। ਔਰ ਜਿਹੜੀ ਆ ਮਨੁੱਖਾਂ ਦੇ 84 ਲੱਖ ਜੂਨ ਵੱਧ ਮਿਲੀ ਆ, ਉਸ ਤੋਂ ਬਾਅਦ ਫਿਰ ਉਹੀ ਜਿਵੇਂ ਉਹਨੂੰ ਦੇ ਬੈਲ ਦਾ ਚੱਕਰ ਵਰਤਵਾ ਦੁਨੀਆਂ ਦੇ ਵਿੱਚ ਜਿਹੋ ਜਿਹਾ ਇਨਸਾਨ ਕਰਮ ਕਰਦਾ ਉਹੋ ਜਿਹੀ ਭੁਗਣੀ ਪੈਂਦੀ ਆ। ਲੇਕਿਨ ਜਿਵੇਂ ਕੰਗੂੜਾ ਸਾਹਿਬ ਦੱਸ ਕੇ ਗਏ ਵੀ ਸਰਦਾਰ ਕ੍ਰਿਸ਼ਨ ਸਿੰਘ ਵਰਗੇ ਇਨਸਾਨ, ਮੈਂ ਪੜ੍ਹ ਰਿਹਾ ਸੀ ਬੈਠਾ ਕਿ 88-90 ਸਾਲ ਦੀ ਉਮਰ ਇੱਥੇ ਭੁੱਖ ਗਏ ਨੇ। ਮੈਨੂੰ ਇਹ ਵੀ ਪਤਾ ਕਿ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੇਟੇ ਦਲਜੀਤ ਨੇ ਆਪਦੇ ਬਾਪ ਦੀ ਬਹੁਤ ਸੇਵਾ ਕੀਤੀ, ਉਹਨਾਂ ਨੂੰ ਜਾਤੀ ਤੌਰ 'ਤੇ ਵੀ ਇਸ ਗੱਲ ਦਾ ਪਤਾ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਬਜ਼ੁਰਗਾਂ ਦੀ ਸੇਵਾ ਚੰਦ ਬੰਦੇ ਹੀ ਮਤਲਬ ਰਹਿ ਗਏ ਨੇ, ਆਪਣੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਨੰਦਸਰ ਵਾਲੇ ਉਹ ਇਹੀ ਕਿਆ ਕਰਦੇ ਸਨ, ਬੀਬੀਆਂ ਨੂੰ ਜੇ ਘਰੇ ਬਈ ਜਿਹੜੀ ਸੱਸ ਸਹੁਰਾ ਨੇ ਉਹਨਾਂ ਦੀ ਸੇਵਾ ਕਰਦਾ, ਇੱਥੇ ਆਉਣ ਦੀ ਲੋੜ ਹੀ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਸਾਨੂੰ ਲੋਕ ਜਿਹੜਾ ਸਾਡਾ ਪੁਰਾਤਨ ਦਰਸਾ ਜਿਹੜੇ ਬਾਬਾ ਕਿਸ਼ਨ ਸਿੰਘ ਵਰਗੇ ਬੰਦੇ ਜਿਹਨਾਂ ਨੇ ਸਾਨੂੰ ਮਤਲਬ ਜਾਣੂ ਕਰਾਉਣਾ ਸੀ। ਸੋ ਸਭ ਤੋਂ ਅਲੋਕ ਹੁੰਦੇ ਜਾ ਰਹੇ ਨੇ, ਠੀਕ ਆ ਸਮੇਂ ਦਾ ਚੱਕਰ ਆ, ਉਹਨਾਂ ਨੇ ਜਾਣਾ, ਉਹਨਾਂ ਦਾ ਖਿਲਾਫ ਰਹਿਣਾ ਜਿਹੜੇ ਹੋਰ ਉਹਨਾਂ ਤੋਂ ਸ਼ਿਕਸ਼ਾ ਲਈ ਆ, ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਪਰਮਾਤਮਾ ਦੇ ਉਹਨਾਂ ਨੂੰ ਵੀ ਸਮਰਥ ਬਖਸ਼ੇ। ਸੋ ਆਪਾਂ, ਮੇਰਾ ਤਾਂ ਸਹੀ ਗੱਲ ਆ ਬੋਲਣ ਦਾ ਮਨ ਨਹੀਂ ਸੀ, ਮੇਰਾ ਤਾਂ ਆਪਦਾ ਪਰਿਵਾਰ ਆ, ਹਰ ਔਖੀ ਸੌਖੀ ਘੜੀ ਦੇ ਵਿੱਚ ਇਹਨਾਂ ਦਾ ਬੇਟਾ ਦਲਜੀਤ ਸੋਚਾ ਪਰਿਵਾਰ ਸਾਡੇ ਮੁਲਕ ਖਾਣ ਵਾਂਗ ਪੜ੍ਹਦਾ। ਸੋ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਕਿ ਇਹ ਵਾਹਿਗੁਰੂ ਉਸ ਨੇ ਗੁਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ। ਸੰਤ ਸਾਹਿਬ ਲਿਖਿਆ ਬਖਰ ਪਾਓ ਦੇਵ ਦੇਵ ਸੱਜਣ ਸੀ ਸ੍ਰੀ ਅਜੋ ਦੋਵੇਂ ਸਾਹਿਬ ਸੋ ਦੇਵ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਦੂਰੋਂ ਨੇੜਿਓਂ ਰਿਸ਼ਤੇਦਾਰ, ਦੋਸਤ ਮਿੱਤਰ, ਬੀਬੀਆਂ ਭੈਣਾਂ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨਸਾਨ ਮੰਨਦਾ ਅਤੇ ਚੱਲਿਆ ਜਾਂਦਾ, ਹਮੇਸ਼ਾ ਜੋ ਚੰਗੇ ਕੰਮ ਕਰਕੇ ਜਾਂਦੇ ਨੇ ਉਹਦੀਆਂ ਯਾਦਾਂ ਰਹਿ ਜਾਂਦੀਆਂ ਨੇ। ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਕਾਂਗਰਸ ਸਰਦਾਰ ਗੁਰਦੇਵ ਸਿੰਘ ਜੀ ਡਾਕਟਰਾਂ ਨੇ ਵਿਸਥਾਰ ਦੇ ਨਾਲ ਉਹਨਾਂ ਦੀ ਜੀਵਨੀ ਦਾ ਚਾਨਣਾ ਪਾਇਆ, ਕਿਉਂਕਿ ਮੇਰਾ ਵੀ ਸਾਡਾ ਵਾਹ ਦਲਜੀਤ ਸਿੰਘ ਨਾਲ 20-25 ਸਾਲ ਤੋਂ, ਕਿਉਂਕਿ ਜਿੱਥੇ ਮੈਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਹਾਂ, ਹਮੇਸ਼ਾ ਕਾਂਗਰਸ ਦੇ ਨਾਲ ਖੜ੍ਹਦੇ ਨੇ, ਅੱਗੇ ਹੋ ਕੇ ਹਮੇਸ਼ਾ ਹਰ ਇੱਕ ਪੱਖ ਦੇ ਵਿੱਚ ਹਰੀ ਖੁਸ਼ੀ ਗਮੀ ਦੇ ਵਿੱਚ ਮਿਲਦੇ ਨੇ। ਉੱਥੇ ਸਾਡੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ, ਜਿਹਦੇ ਵਿੱਚ ਸਕੱਤਰ ਨੇ ਫਾਊਂਡੇਸ਼ਨ ਦੇ
ਰੱਬ ਦੇ ਭਵਨ ਬਣਿਆ ਹੋਇਆ ਹਮੇਸ਼ਾ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਵੱਧ ਕਰਕੇ ਹਿੱਸਾ ਲੈਂਦੇ ਨੇ ਅਤੇ ਜੋ ਹੈ ਕਈ ਦੇਣ ਅੱਜ ਕੱਲ੍ਹ ਵੀ ਆਪਣੀਆਂ ਆਪਣੇ ਬੱਚਿਆਂ ਨੂੰ ਦੇ ਕੇ ਗਏ ਨੇ ਕਿਉਂਕਿ ਹਰ ਇੱਕ ਇਨਸਾਨ ਚਾਹੁੰਦਾ ਕਿ ਮੈਂ ਆਪਣੀ ਚੰਗੀ ਜ਼ਿੰਦਗੀ ਜਿਉਂ ਸਕਾਂ ਉਸ ਤੋਂ ਬਾਅਦ ਮੇਰੀ ਜੋ ਔਲਾਦ ਹੈ ਉਹ ਚੰਗੇ ਕੰਮਾਂ ਦੇ ਉੱਤੇ ਔਰ ਮੇਰਾ ਨਾਮ ਜੋ ਹੈ ਰੋਸ਼ਨ ਕਰੇ ਇਸ ਚੀਜ਼ ਨੂੰ ਸੱਚ ਕਰਕੇ ਦਿਖਾਇਆ ਸਰਦਾਰ ਦਲਜੀਤ ਸਿੰਘ ਅਤੇ ਉਹਦੇ ਭਰਾ ਨੇ ਕਿਉਂਕਿ ਇਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਤਾਂ ਹੀ ਅੱਜ ਉਹ 88-90 ਸਾਲ ਦੀ ਉਮਰ ਦੇ ਵਿੱਚ ਜ਼ਿੰਦਗੀ ਜੋ ਭੁੱਲ ਕੇ ਗਏ ਨੇ ਆਪਣੇ ਸਾਰਿਆਂ ਦੇ ਸਾਹਮਣੇ ਜਿੱਥੇ ਬੀਬੀਆਂ ਭੈਣਾਂ ਨੂੰ ਗੱਲਾਂ ਕਰ ਰਹੀਆਂ ਮੇਰੀ ਬੇਨਤੀ ਹੈ ਕਿ ਇਹੋ ਜਿਹੇ ਇਨਸਾਨਾਂ ਤੋਂ ਬਜ਼ੁਰਗਾਂ ਨੂੰ ਸੇਧ ਲੈਣੀ ਚਾਹੀਦੀ ਹੈ ਨੌਜਵਾਨ ਵੀਰਾਂ ਨੂੰ ਕਿ ਉਹ ਆਪਣੇ ਜਿੱਥੇ ਪਰਿਵਾਰ ਦੀ ਜੋ ਪਾਲਣਾ ਪੋਸਣਾ ਉਹ ਵਧੀਆ ਕਰਕੇ ਜਾਣ ਅਤੇ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਆਪਣੇ ਬਜ਼ੁਰਗਾਂ ਦੀ ਅੱਜ ਦੇ ਜੋ ਬਜ਼ੁਰਗ ਨੇ ਬਹੁਤ ਤਕੜੇ ਘਰਾਂ ਦੇ ਅਸੀਂ ਜਾ ਕੇ ਦੇਖਦੇ ਹਾਂ ਦਰਾਜੇ ਕੋਲ ਇੱਕ ਆਸ਼ਰਮ ਬਣਿਆ ਹੋਇਆ ਕਰੋੜਾਪਤੀ ਬੰਦੇ ਵੀ ਉਸ ਆਸ਼ਰਮ ਦੇ ਵਿੱਚ ਜੋ ਬੀਰ ਸਹਾਰਾ ਹੋਣ ਦੇ ਨਾਤੇ ਬਿਰਧ ਅਵਸਥਾ ਦੇ ਵਿੱਚ ਉੱਥੇ ਜੋ ਹੈ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਇਹਨਾਂ ਜੋ ਕੰਮ ਆ ਉਹ ਬੱਚਿਆਂ ਦੇ ਸਾਹਮਣੇ ਇੱਕ ਪਿਤਾ ਦਾ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਨੀਂਹ ਵਾਲਾ ਕਿਉਂਕਿ ਅੱਜ ਕੱਲ੍ਹ ਦਾ ਜੋ ਯੁੱਗ ਆ ਉਹ ਬਹੁਤ ਹੀ ਜ਼ਿਆਦਾ ਜਲਦੀ ਤਰੱਕੀ ਕਰਨ ਵੱਲ ਚੱਲ ਰਿਹਾ ਅਤੇ ਔਰ ਜੋ ਪਿੱਛੇ ਪੁਰਾਣੀਆਂ ਜੋ ਰਵਾਇਤਾਂ ਨੇ ਜਾਂ ਆਪਣੇ ਉਹ ਜ਼ਿੰਦਗੀ ਦੇ ਤਜਰਬੇ ਨੇ ਬਜ਼ੁਰਗਾਂ ਤੋਂ ਜਿਹੜੇ ਬਜ਼ੁਰਗ ਤੋਂ ਸ਼ਾਮ ਨੂੰ ਆ ਕੇ ਕੰਮ ਤੋਂ ਟਾਈਮ ਨਾਲ ਘੰਟਾ ਕੋਲ ਬੈਠ ਕੇ ਜੋ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਸਵੇਰੇ ਚਾਹ ਦੇ ਕੱਪ ਦੇ ਉੱਠ ਕੇ ਬਜ਼ੁਰਗਾਂ ਤੋਂ ਮਾਤਾ ਤੋਂ ਉਹਨਾਂ ਤੋਂ ਪਿਤਾ ਤੋਂ ਆਪਣੇ ਤੋਂ ਜੋ ਗੱਲਾਂ ਬੱਚਿਆਂ ਨੂੰ ਗਹਿਰਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਤਜਰਬੇ ਤੋਂ ਕੁਝ ਸਿੱਖ ਕੇ ਚੰਗੇ ਨਾਗਰਿਕ ਬਣ ਸਕਣ ਅਤੇ ਜੋ ਆਪਣੀ ਜ਼ਿੰਦਗੀ ਆ ਉਹਦੇ ਵਿੱਚ ਜੋ ਕਈ ਵਾਰ ਕੋਈ ਫਰੋਤ ਆਉਂਦੀ ਆ ਤਾਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਬਜ਼ੁਰਗਾਂ ਨੇ ਸਾਨੂੰ ਇਸ ਤਰ੍ਹਾਂ ਦੱਸਿਆ ਸੀ ਪਰ ਉਹ ਗੱਲਾਂ ਅੱਜ ਅਲੋਪ ਹੋ ਰਹੀਆਂ ਨੇ ਇਸ ਲਈ ਆਪਾਂ ਨੂੰ ਅਜਿਹੇ ਬਜ਼ੁਰਗਾਂ ਦੀ ਜੋ ਲੰਬੀ ਆਗੂ ਜੀ ਕੇ ਗਏ ਨੇ ਸਾਰੇ ਚਾਹੁੰਦੇ ਆ ਕਿ ਸਾਡੀ ਲੰਬੀ ਆਗੂ ਹੋਵੇ ਪਰ ਤੰਦਰੁਸਤੀ ਔਰ ਆਪਣੀ ਸਿਹਤ ਦਾ ਸੰਭਾਲ ਖਾਣੇ ਪੀਣੇ ਤੋਂ ਅੱਜ ਕੱਲ੍ਹ ਜੋ ਦਵਾਈਆਂ ਜੋ ਕਿ ਟੀਕੇ ਲੱਗ ਰਹੇ ਨੇ ਬਹੁਤ ਹੀ ਸਬਜ਼ੀਆਂ ਦੇ ਵਿੱਚ ਜਾਂ ਹੋਰ ਛਿੜਕਾਅ ਕੀਤੇ ਜਾ ਰਹੇ ਨੇ ਉਹਨੇ ਵੀ ਅੱਜ ਇਨਸਾਨ ਦੀ ਉਮਰ ਘਟਾ ਦਿੱਤੀ ਆ ਕਿਉਂਕਿ ਬਿਮਾਰੀਆਂ ਉਮਰ ਵੱਧ ਹੋਣ ਤੋਂ ਪਹਿਲਾਂ ਹੀ ਲੱਗ ਜਾਂਦੀਆਂ ਨੇ ਪਰ ਡਾਕਟਰੀ ਅੱਜ ਕੱਲ੍ਹ ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਔਰ ਪਰਿਵਾਰ ਨੂੰ ਜਿੱਥੇ ਇਲਾਜ ਕਰਾਉਣੇ ਵੀ ਮਹਿੰਗੇ ਪੈ ਰਹੇ ਨੇ ਉੱਥੇ ਅੱਜ ਮੈਂ ਤਾਂ ਇਹੀ ਸੱਚੀ ਸੰਧਾਈ ਉਹਨੂੰ ਦੇਵਾਂਗਾ ਕਿ ਇਹਨਾਂ ਵਾਂਗ ਬਜ਼ੁਰਗ ਸਾਰੇ ਔਰ ਬੱਚੇ ਵੀ ਬਜ਼ੁਰਗਾਂ ਦੀ ਸੰਭਾਲ ਕਰਨ ਤਾਂ ਕਿ ਉਹ ਲੰਮੀ ਆਗੂ ਜਿਉਣ ਉਹਨਾਂ ਨੂੰ ਸੀਸ ਦੇਣ ਉਹਨਾਂ ਦੇ ਪੈਰੀਆਂ ਚਲਾ ਕੇ ਘਰੋਂ ਨਿਕਲਣ ਕੋਈ ਵੀ ਕੰਮ ਜਿਹੜਾ ਹੈਗਾ ਉਹ ਤੋਂ ਨਹੀਂ ਰਹਿ ਸਕਦਾ ਔਰ ਮੈਂ ਆਈ ਹੋਈ ਸੰਗਤ ਜਿੰਨੀ ਵੀ ਅੱਜ ਇੱਥੇ ਪਹੁੰਚੀ ਆ ਅਤੇ ਦਲਜੀਤ ਸਿੰਘ ਢਾਡੀ ਦੇ ਪਰਿਵਾਰ ਅਤੇ ਉਹਨਾਂ ਦੇ ਭਰਾ ਵੱਲੋਂ ਪੂਰੇ ਸਮੁੱਚੇ ਪਰਿਵਾਰ ਵੱਲੋਂ ਆਈ ਸਮੁੱਚੀ ਸਾਹਿਬ ਸੰਗਤ ਦਾ ਕੋਟੀ-ਕੋਟ ਧੰਨਵਾਦ ਔਰ ਦੇਵਨਾਥ ਕਾਨਫਰੰਸ ਗੁਰੇ ਦਾ ਲੰਗਰ ਤਿਆਰ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਦੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਵਲੇ ਬੜਾ ਸਾਈਡ ਤੇ ਵੀ ਗੱਲ
ਠੀਕ ਹੋ।